ਮੈਮਰੀਜ਼ ਸਤਿ ਸ਼੍ਰੀ ਅਕਾਲ ਐਂਡ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਿ ਤੁਸੀਂ ਆਪਣੇ ਕੀਮਤੀ ਟਾਈਮ ਜੋ ਕੱਢ ਕੇ ਇੱਥੇ ਆਏ ਹੋ ਹਾਲੀ ਬਹੁਤ ਬੱਚੋ ਜੀ ਮੈਂ ਕਿਹਾ ਲੋਕ ਕਹਿੰਦੇ ਹਮੇਸ਼ਾ ਇਦਾਂ ਹੁੰਦੀ ਹੈ ਕਿ ਮੈਮ ਦੇ ਬਾਰੇ ਬੋਲੇ ਹੁੰਦੇ ਆ ਤੇ ਹੱਥ ਚ ਕੋਈ ਨਾ ਕੋਈ ਹਥਿਆਰ ਹੁੰਦਾ ਇਸ ਵਾਰ ਵੀ ਉਹਦੇ ਖਾਈ ਕਾ ਲੜਕਾ ਹੋਣ ਵਾਲਾ ਤੇ ਇਹ ਜਾ ਕੇ ਕਿੰਨਾ ਦੀ ਅੱਖਾਂ ਦੇ ਵਿੱਚ ਲੜ ਪੂਰੇ ਸਾਰ ਬਿੱਲੀਆਂ ਅੱਖਾਂ ਦੇ ਵਿੱਚ ਨਹੀਂ ਜਦੋਂ ਤੁਸੀਂ ਕਿਹਾ ਕਮੀਜ਼ ਦੇ ਬਟਨ ਖੁੱਲੇ ਤਾਂ ਹਰ ਕਮੀ ਹਰ ਫਿਲਮ ਦੇ ਵਿੱਚ ਮੈਨੂੰ ਆ ਹੁੰਦਾ ਕਿ ਯਾਰ ਤੁਸੀਂ ਜਿੱਦਾਂ ਦੇ ਨਾਰਮਲ ਇਨਸਾਨ ਜਿੱਦਾਂ ਆਪਣੀ ਜ਼ਿੰਦਗੀ ਚ ਰਹਿੰਦਾ ਉਹਦੇ ਫਿਲਮ ਚ ਦਿਖਾਇਆ ਜਾਵੇ ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਮੈਨੂੰ ਲੱਗਦਾ ਤੁਸੀਂ ਵੀ ਕਦੀ ਜ਼ਿੰਦਗੀ ਚ ਬਣਾਇਆ ਤਾਂ ਪਾਈ ਹੋਣੀ ਥੱਲੇ ਸੋ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਉਹ ਚੀਜ਼ਾਂ ਪੇਸ਼ ਕੀਤੀਆਂ ਜਾਣ ਲੋਕਾਂ ਅੱਗੇ ਜਿਹੜੀਆਂ ਦੇ ਨਾਲ ਆਮ ਬੰਦਾ ਕਨੈਕਟਡ ਫੀਲ ਕਰਦਾ ਸੋ ਇਸ ਫਿਲਮ ਦੇ ਵਿੱਚ ਜੱਟ ਜਿਹੜਾ ਆ ਇਹ ਕਿਸੇ ਦੀਆਂ ਅੱਖਾਂ 'ਚ ਰੜਕਣ ਵਾਲਾ ਨਹੀਂ ਆ ਇਹ ਸਾਰਿਆਂ ਦਾ ਐਂਟਰਟੇਨ ਕਰਨ ਵਾਲਾ ਸੋ ਇੱਕ ਐਂਟਰਟੇਨਿੰਗ ਫੈਮਿਲੀ ਐਂਟਰਟੇਨਿੰਗ ਫਿਲਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਵਿੱਚ ਸੋ ਜਿਹੜਾ ਮੁੱਦਾ ਹੈ ਇਹਦੇ ਵਿੱਚ ਉਹ ਬਹੁਤ ਇੰਟਰਸਟਿੰਗ ਹੈ ਸੋ ਫਿਰ ਤੋਂ ਮੋਸ਼ਨ ਪਿਕਚਰ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਹਾਂ ਹਾਂਜੀ ਉਹਨਾਂ ਦੇ ਨਾਲ ਜੁੜਦਾ ਕਿਦਾਂ ਹੋ ਰਿਹਾ ਬਹੁਤ ਵਧੀਆ ਰਿਹਾ ਹੈ ਤਾਂ ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਲਈ ਵਧੀਆ ਤੇ ਵੱਡੀ ਗੱਲ ਆ ਕਿਉਂਕਿ ਜਦੋਂ ਕੋਈ ਵੀ ਵਿਜ਼ਨਰੀ ਪ੍ਰੋਡਿਊਸਰ ਜਿੱਦਾਂ ਸਿੰਧ ਭਾਈ ਨੇ ਦਲਜੀਤ ਭਾਜੀ ਨੇ ਸ਼ਮੀ ਭਾਜੀ ਨੇ ਐਂਡ ਸਾਰੀ ਟੀਮ ਜਦੋਂ ਵਿਜ਼ਨਰੀ ਪ੍ਰੋਡਿਊਸਰਸ ਉਹ ਚੀਜ਼ ਨੂੰ ਹੋਰ ਵਿਜ਼ਨ ਦੇ ਨਾਲ ਵੱਡਾ ਕਰ ਦਿੰਦੇ ਨੇ ਜਿਹੜੀ ਟੈਲੈਂਟ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਤੋਂ ਵੱਡੀ ਤੇ ਸਿਆਣੀ ਗੱਲ ਕੋਈ ਨਹੀਂ ਹੁੰਦੀ ਸੋ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਦਲਜੀਤ ਭਾਈ ਦਾ ਸ਼ਮੀ ਭਾਈ ਦਾ ਕਿਉਂਕਿ ਇਹਨਾਂ ਨੇ ਇਸ ਟੌਪਿਕ ਨੂੰ ਚੂਜ਼ ਕੀਤਾ ਕਿ ਇਹਦੇ ਤੇ ਇਸ ਮੁੱਦੇ ਤੇ ਫਿਲਮ ਬਣਨੀ ਚਾਹੀਦੀ ਆ ਸੋ ਇਹ ਬੜਾ ਡੇਰਿੰਗ ਸਟੈਪ ਆ ਕਿਉਂਕਿ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਐਕਸਪੈਰੀਮੈਂਟ ਘੱਟ ਕੀਤੇ ਜਾਂਦੇ ਨੇ ਬਟ ਮੈਂ ਇਹਨਾਂ ਨੂੰ ਮਤਲਬ ਇਹਨਾਂ ਦਾ ਥੈਂਕਸ ਕਰਦਾ ਕਿ ਇਹਨਾਂ ਨੇ ਇਸ ਟੌਪਿਕ ਤੇ ਇਸ ਸਬਜੈਕਟ ਨੂੰ ਚੂਜ਼ ਕੀਤਾ ਐਂਡ ਮੇਰੇ ਲਈ ਬਹੁਤ ਵੱਡੀ ਓਪਰਚੁਨਿਟੀ ਹੈ ਦੇਖੋ ਮੈਨੂੰ ਲੱਗਾ ਕਿ ਇਹ ਤੁਹਾਡਾ ਪੰਜਾਬੀ ਸੰਤ ਰੈਡੀ ਹੋਣ ਵਾਲਾ ਤੇ ਪਹਿਲਾਂ ਤੁਸੀਂ ਕੰਮ ਕੀਤਾ ਪਰ ਐਜ਼ ਦੀ ਮੇਨ ਲੀਡ ਤੇ ਤੁਹਾਡੀ ਪਹਿਲੀ ਫਿਲਮ ਆ ਤੁਹਾਡੀ ਕਿਦਾਂ ਦੀ ਮੀਨਿੰਗ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਵੈਲਕਮ ਤੁਸੀਂ ਆਇਓ ਆਪਣਾ ਟਾਈਮ ਕੱਟ ਕੇ ਬਿਲਕੁਲ ਸਹੀ ਕਿਹਾ ਤੁਸੀਂ ਕਿ ਮੈਂ ਬਹੁਤ ਕੰਮ ਕੀਤਾ ਹੋਇਆ ਬਟ ਇਹ ਮੇਰਾ ਡੈਬਿਊ ਹੈਗਾ ਇੱਕ ਇੱਕ ਜਿਹੜੀ ਫੀਲਿੰਗ ਆਉਂਦੀ ਹੈ ਨਾ ਬੜੀ ਅੰਦਰੋਂ ਕਿ ਹਾਂਜੀ ਮੈਂ ਆਹ ਚੀਜ਼ ਕਰਨੀ ਹੈਗੀ ਸੀ ਔਰ ਅੱਜ ਉਹ ਦਿਨ ਆ ਗਿਆ ਸੋ ਆਈ ਐਮ ਸੋ ਓਵਰਵੈਲਡ ਮੈਨੂੰ ਇੰਨਾ ਵਧੀਆ ਲੱਗ ਰਿਹਾ ਸਾਰਾ ਕੁਛ ਜਦੋਂ ਹੋ ਰਿਹਾ ਇਹ ਪ੍ਰੋਸੈਸ ਹੋ ਰਿਹਾ ਹੈਗਾ ਐਂਡ ਆਈ ਹੋਪ ਤੁਹਾਨੂੰ ਵੀ ਸਾਡੀ ਜਿਹੜੀ ਹੈ ਪੋਸਟਰ ਲੁੱਕ ਜਿਹੜੀ ਹੈ ਬਹੁਤ ਪਸੰਦ ਆਈ ਹੈਗੀ ਹੈ ਐਂਡ ਥੈਂਕ ਯੂ ਮੈਂ ਕਹਿੰਦੀ ਹਾਂ ਦਲਜੀਤ ਸਰ ਦਾ ਸ਼ਮੀ ਜੀ ਦਾ ਸਾਰੀ ਟੀਮ ਦਾ ਐਂਡ ਜੇ ਦਾ ਜਿਨ੍ਹਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਆਈ ਐਮ ਸੋ ਹੈਪੀ ਐਂਡ ਥੈਂਕ ਯੂ ਜਬਲ ਜੀ ਜਨਾ ਮਰੀ ਪਰ ਮਰੀ ਸਰ ਨੂੰ ਡਾਇਰੈਕਟ ਕਰ ਰਿਹਾ ਹੈ ਇਹ ਤੁਹਾਡੀ ਬਹੁਤ ਫਰਮਾ ਉਹਨਾਂ ਨੇ ਹੀ ਡਾਇਰੈਕਟ ਕੀਤਾ ਸੋ ਇਹ ਕਿਦਾਂ ਕੁਦਰਤੀ ਸਵਾਭਾਵ ਦੀ ਜਿਹੜਾ ਤੁਹਾਡੀ ਆਪਦੀ ਪੈਸਨ ਦੇ ਕੇ ਉਹ ਹੀ ਫਿਰ ਨੂੰ ਡਾਇਰੈਕਟ ਕਰਨਗੇ ਯਾਰ ਮੈਨੂੰ ਇਦਾਂ ਲੱਗਦਾ ਕਿ ਟੀਮਾਂ ਬੜੀਆਂ ਔਖੀਆਂ ਬਣਦੀਆਂ ਨੇ ਹਾਂ ਤੁਹਾਡੇ ਕੋਲੇ ਯਾਰ ਬੰਦੇ ਕੋਲੇ ਚੁਆਇਸ ਹੁੰਦੀ ਹੈ ਜ਼ਿੰਦਗੀ ਚ ਜਿੱਦਾਂ ਤੁਸੀਂ ਸਾਰੇ ਪਾਰਟੀਕੂਲਰ ਕਿਸੇ ਚੈਨਲ ਨਾਲ ਕੰਮ ਕਰਦੇ ਹੋਗੇ ਸੋ ਇਦਾਂ ਨਹੀਂ ਹੈ ਕਿ ਤੁਸੀਂ ਇੱਕ ਹਫਤੇ ਇੱਕ ਚੈਨਲ ਨਾਲ ਕਰ ਲਿਆ ਅਗਲੇ ਹਫਤੇ ਦੂਜੇ ਚੈਨਲ ਨਾਲ ਕਰ ਲਿਆ ਸੋ ਟੀਮ ਦਾ ਉੱਥੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਕੁ ਦਮ ਰੱਖਦਾ ਜਾਂ ਕਿੰਨਾ ਕੁ ਮਤਲਬ ਸਹੀ ਬੰਦਾ ਸੋ ਮੈਨੂੰ ਲੱਗਦਾ ਟੀਮ ਨਹੀਂ ਬਣਾਉਣੀ ਚਾਹੀਦੀ ਆ ਅਨਲੈਸ ਅੰਟਿਲ ਤੁਸੀਂ ਇਦਾਂ ਦਾ ਕੋਈ ਮਾਈਲਸਟੋਨ ਨਹੀਂ ਸਟੈਬਲਿਸ਼ ਕਰਦੇ ਪੰਜਾਬੀ ਇੰਡਸਟਰੀ ਚ ਕਿ ਯਾਰ ਆਹ ਬੰਦੇ ਆਏ ਸੀ ਸੋ ਅਨਲੈਸ ਉਹਨਾਂ ਦਾ ਵੀ ਥੈਂਕਸ ਆ ਮਨੀਸ਼ ਸਰ ਦਾ ਕਿਉਂਕਿ ਉਹਨਾਂ ਨੇ ਬਹੁਤ ਟਰਸਟ ਕੀਤਾ ਹੈ ਮੇਰੇ ਤੇ ਐਂਡ ਜਿਹੜੀਆਂ ਚੀਜ਼ਾਂ ਅਸੀਂ ਮਿਲ ਕੇ ਸੋਚਦੇ ਆ ਉਹਨੂੰ ਅਸੀਂ ਲਾਜ ਦਿੰਦੇ ਲਾਈਫ ਦਿਖਾਉਣ ਦੇ ਵਿੱਚ ਸਕਸੈਸਫੁਲ ਹੋਏ ਪਿਛਲੀ ਫਿਲਮ ਚ ਉਹਦੇ ਤੁਸੀਂ ਸਾਰੇ ਗਵਾਹ ਸੋ ਮੈਨੂੰ ਐਂ ਲੱਗਦਾ ਜਿੰਨਾ ਚਿਰ ਤੱਕ ਅਸੀਂ ਕੁਛ ਇਦਾਂ ਦਾ ਕਾਮਯਾਬ ਜਾਂ ਇਦਾਂ ਦੀ ਮੈਜੀਕਲ ਨਹੀਂ ਕਰ ਦਿੰਦੇ ਉਹਨਾਂ ਚਿਰ ਤੱਕ ਸਾਨੂੰ ਇਕੱਠੇ ਰਹਿਣਾ ਚਾਹੀਦਾ ਸਮੇਂ ਭਾਜੀ ਕੀ ਕਹਿਣਾ ਚਾਹੁੰਦੇ ਤਿੰਨ ਮੋਸ਼ਨ ਪਿਕਚਰ ਦੇ ਵੱਲੋਂ ਤਿੰਨ ਮੋਸ਼ਨ ਫਿਲਮ ਜਦੋਂ ਦਾ ਆਇਆ ਫਿਲਮ ਇੰਡਸਟਰੀ ਚ ਉਹਨਾਂ ਦਾ ਇਹੀ ਹੈ ਕਿ ਤਿੰਨ ਸਾਲ ਦਾ ਵਿਜ਼ਨ ਇਹੀ ਹੈ ਕਿ ਵਧੀਆ ਸਿਨੇਮਾ ਦੇ ਨੇ ਕੋਈ ਉਹਨਾਂ ਨੇ ਵੱਡੇ ਵੱਡੇ ਸਟਾਰ ਕਾਸਟ ਪੰਜਾਬੀ ਬਹੁਤ ਕੰਮ ਕੀਤਾ ਹੈ ਉਹਨਾਂ ਦਾ ਇੱਕ ਨਵਾਂ ਟੈਲੈਂਟ ਜਿੰਨਾ ਆਏ ਤਾਂ ਵਧੀਆ ਕੰਮ ਕਰਨਾ ਉਹਨਾਂ ਨੇ ਲੰਬਾ ਕੰਮ ਕਰਨਾ ਸੋ ਜੋੜਾ ਕਰਕੇ ਜੀ ਤੇ ਮੈਂ ਰਿਕਵੈਸਟ ਕਰੂੰਗਾ ਸਾਡੇ ਵੀਡੀਓ ਤੇ ਕੋਈ ਵੀ ਸਵਾਲ ਆ ਤੁਹਾਡਾ ਤਾਂ ਜ਼ਰੂਰ ਪੁੱਛ ਸਕਦੇ ਹੋ ਜੀ ਤੁਸੀਂ ਕਿਹਾ ਕਿ ਇਸ ਕੋਈ ਤੜਕ ਭੜਕ ਨਹੀਂ ਹੋਏਗਾ ਕੋਈ ਮਤਲਬ ਸ਼ਾਮ ਦੀ ਇਹ ਫਿਲਮ ਤੁਸੀਂ ਕਹਿ ਰਹੇ ਉਧਰ ਹੋਈ ਲੇਕਿਨ ਟਾਈਟਲ ਹੀ ਇਹ ਜਾਏ ਤੇ ਉਸ ਦੇ ਬਾਅਦ ਕਿਸ ਤਰ੍ਹਾਂ ਸਮਝ ਸਕਦੇ ਹਾਂ ਕਿ ਨਹੀਂ ਨਹੀਂ ਮੈਂ ਇਦਾਂ ਨਹੀਂ ਕਿਹਾ ਕਿ ਤੜਕ ਭੜਕ ਨਹੀਂ ਹੋਈ ਤਾਂ ਮੈਂ ਕਹੀ ਤੜਕ ਭੜਕ ਤਾਂ ਹੋਣੀ ਜ਼ਰੂਰੀ ਹੈ ਕਿਉਂਕਿ ਤੁਸੀਂ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਹੋ ਯਾਰ ਹਨਾ ਤੇ ਪੰਜਾਬੀ ਜਾਣੇ ਤਾਂ ਜਾਂਦੇ ਨੇ ਕਿਉਂਕਿ ਉਹ ਆਪਦੀ ਜ਼ਬਾਨ ਤੇ ਪੱਕੇ ਹੁੰਦੇ ਨੇ ਉਹ ਤਾਂ ਜਾਣੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਤਸਵੀਰ ਦਿੱਤੀ ਹੁੰਦੀ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਬਟ ਉਸ ਤਸਵੀਰ ਨੂੰ ਸਹੀ ਮੁੱਦੇ ਤੇ ਸਹੀ ਡਾਇਰੈਕਸ਼ਨ 'ਚ ਯੂਜ਼ ਕਰਨਾ ਸਾਡਾ ਕੰਮ ਆ ਸੋ ਇਹ ਉਸ ਮੁੱਦੇ ਤੇ ਆ ਮੈਨੂੰ ਲੱਗਦਾ ਕਿ ਜਿੰਨੇ ਵੀ ਬੰਦੇ ਨੇ ਇੱਥੇ ਖੜੇ ਤੁਹਾਡੇ ਵਿੱਚੋਂ ਜੇ ਤੁਸੀਂ ਆਪ ਨਹੀਂ ਤਾਂ ਤੁਹਾਡੀ ਫੈਮਿਲੀ 'ਚੋਂ ਕਦੀ ਨਾ ਕੋਈ ਹਸਪੀਟਲ ਤਾਂ ਗਿਆ ਹੀ ਹੋਣਾ ਸੋ ਤੁਹਾਨੂੰ ਉਸ ਗੱਲ ਦਾ ਵੀ ਪਤਾ ਹੋਣਾ ਕਿ ਉੱਥੇ ਜਾ ਕੇ ਤੁਹਾਨੂੰ ਕਿੰਨੇ ਕੁ ਸਹੀ ਰਾਹ ਪਾਇਆ ਜਾਂਦਾ ਕਿੰਨੇ ਕੁ ਗਲਤ ਰਾਹ ਪਾਇਆ ਜਾਂਦਾ ਸੋ ਬੇਸਿਕਲੀ ਉਸ ਚੀਜ਼ ਨੂੰ ਅਸੀਂ ਹਲਕਾ ਜਿਹਾ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆਮ ਬੰਦੇ ਨੂੰ ਕੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ
ਉਸ ਮੁੱਦੇ ਦੇ ਉਸ ਦੇ ਅਕੋਰਡਿੰਗ ਉਸ ਦੇ ਅਰਾਊਂਡ ਹੈ। मैं बहुत घट बोलना चाहना कि फिल्म बारे ज्यादा ना दसा क्योंकि हजे 5-6 महीने पे लागे जाके चीजा दसन चाहिए स्वाद आता बंद पर एक फैमिली एक बंद फैमिली भरा भैन माँ प्यो उन्होंने रक्षा लिए एक आम बंदा एक कॉमन मैन तुम की कर सकते हो जो देखते हो अज के टाइम प्रोटेक्शन लिए की कर सकता बट कितने भी वॉयलेंस के बल फिल्म नहीं जाती ਇੱਦਾਂ ਨਹੀਂ ਗਾ ਕਿ ਉਹ ਚੱਕ ਕੇ ਹਥਿਆਰ ਘਰੋਂ ਹੀ ਚੱਕਿਆ ਹੋਇਆ ਤੇ ਚੱਕ ਕੇ ਸਾਰੇ ਬੰਦੇ ਲਪੇਟੀ ਜਾਂਦਾ ਮੁੱਦੇ ਦੀ ਗੱਲ ਹੈ ਕਾਮ ਮੁੱਦੇ ਦੀ ਗੱਲ ਆ ਜਦੋਂ ਘਰ ਬਾਹਰ ਘਰੋਂ ਬਾਹਰ ਜਾਂਦਾ ਜਦੋਂ ਦੇਖਦਾ ਕਿ ਯਾਰ ਆਹ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਉਦੋਂ ਆਪਦੀ ਪ੍ਰੋਟੈਕਸ਼ਨ ਲਈ ਜਾਂਦਾ ਹਮੇਸ਼ਾ ਨਹੀਂ ਹੁੰਦੇ ਜਿਸ ਤਰ੍ਹਾਂ ਵੀ ਜਾਂਦਾ ਨਹੀਂ ਹੈ ਇਹ ਵੀ ਰਹਿਣਾ ਤੇ ਪਬਲਿਕ ਤੋਂ ਇਹ ਸਾਥ ਦੇਣਾ ਜੀ ਕਈ ਫਿਲਮਾਂ ਦੇ ਟਾਈਟਲ ਹੈ ਪਰ ਉਹ ਜੀ ਨੂੰ ਹੁੰਦੇ ਤੇ ਪਬਲਿਕ ਇੱਕ ਰਿਕਮੈਂਡੇਸ਼ਨ ਨੂੰ ਕਿ ਇਹ ਲਾਈਨ ਤੋਂ ਪਹਿਲੇ ਵੀ ਸ਼ੁਰੂ ਕਰਿਸ ਨਾ ਤੇ ਨਾਮ ਵੀ ਸਾਈਟ ਕਹੋ ਵੀ ਨਹੀਂ ਸੁਣੀ ਹੁੰਦਾ ਨਹੀਂ ਨਹੀਂ ਇਹ ਗੱਲ ਤਾਂ ਠੀਕ ਹੈ ਟ੍ਰਿਕ ਤਾਂ ਹੁੰਦੀ ਹੈ 100% ਬਟ ਟ੍ਰਿਕ ਤੁਹਾਡੀ ਫੇਲ ਹੋ ਜਾਂਦੀ ਜਦੋਂ ਤੁਹਾਡੀ ਫਿਲਮ 'ਚ ਕੁਛ ਨਾ ਹੋਵੇ ਸੋ ਟ੍ਰਿਕ ਤੁਹਾਡੀ ਉਦੋਂ ਤੱਕ ਕਾਮਯਾਬ ਹੈ ਜਦੋਂ ਤੱਕ ਤੁਸੀਂ ਇਹ ਗੱਲ ਲੋਕਾਂ ਤੱਕ ਲੈ ਕੇ ਜਾਣੀ ਪਰ ਜਦੋਂ ਲੋਕਾਂ ਨੇ ਫਿਲਮ ਦੇਖਣੀ ਹੈ ਸੋ ਜੇ ਉਹ ਫਿਲਮ ਵਧੀਆ ਨਹੀਂ ਤੁਹਾਡੀਆਂ ਸਾਰੀਆਂ ਟ੍ਰਿਕਾਂ ਫੇਲ ਨੇ ਸੋ ਜੇ ਤੁਹਾਨੂੰ ਇਹੋ ਜਿਹੀ ਚੀਜ਼ ਲਈ ਇਹੋ ਜਿਹੀ ਟ੍ਰਿਕ ਜਾਂ ਇਹੋ ਜਿਹੇ ਨਾਮ ਵਰਤਣੇ ਪੈਂਦੇ ਨੇ ਜਿਸ 'ਚ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇੱਕ ਚੰਗੇ ਕੌਜ਼ ਲਈ ਫਿਲਮ ਬਣਾ ਰਹੇ ਹੋ ਇਹ ਕਿਉਂ ਨਹੀਂ ਵਰਤਣੀ ਚਾਹੀਦੀ ਮਤਲਬ ਨਿਊਜ਼ ਪੇਪਰ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਤੁਸੀਂ ਐਡਵਰਟਾਈਜ਼ਮੈਂਟ ਚੰਗੀਆਂ ਚੀਜ਼ਾਂ ਦੀ ਵੀ ਕਰਦੇ ਹੋ ਓਬਵੀਅਸਲੀ ਤੁਸੀਂ ਮਾੜੀਆਂ ਦੀ ਵੀ ਕਰਦੇ ਹੋਗੇ ਜਿੱਥੋਂ ਪੈਸੇ ਵਧੀਆ ਮਿਲਦੇ ਆ ਨਾ ਸੋ ਤੁਸੀਂ ਪਰ ਇਹ ਲੋਕਾਂ ਦੀ ਚੋਇਸ ਹੈ ਕਿ ਉਹਨਾਂ ਨੇ ਕਿਹੜੀ ਦੇਖਣੀ ਚੰਗੀ ਕਿ ਮਾੜੀ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਚੰਗੀ ਚੀਜ਼ ਬਣਾਈਏ ਤਾਂ ਇਹ ਜਿਹੜਾ ਨਾਮ ਆ ਇਹ ਨਾਮ ਤਾਂ ਪਬਲਿਕ ਡੋਮੇਨ 'ਚ ਆਲਰੇਡੀ ਫੇਮਸ ਹੈਗਾ ਬਟ ਇਹ ਹਰ ਇੱਕ ਪੰਜਾਬੀ ਦੇ ਬਲੱਡ ਵਿੱਚ ਵੀ ਹੈ ਜੀ ਭਾਈ ਠਾਕੁਰ ਜੀ ਹਾਂ ਚੜ੍ਹਦੀ ਕਲਾ ਵੇਲੇ ਤੁਸੀਂ ਦੱਸੋ ਰਾਈਟ ਤੋਂ ਤੁਹਾਡੀਆਂ ਹੁਣ ਤੁਸੀਂ ਦੋ ਫਿਲਮਾਂ ਨਾਮ ਹੋਈ ਜਾਣੇ ਹਨ ਔਰ ਮੈਡਲ ਦੇ ਵਿੱਚ ਤੁਸੀਂ ਮੇਲੇ ਲੁੱਟ ਲਏ ਸੀਗੇ ਇਸ ਵਾਰ ਹਨਾ ਜਿਹੜੀ ਉਹਦੀ ਚੀਜ਼ ਆ ਉਹ ਵੱਡੀ ਹੋਵੇ ਪਹਿਲਾਂ ਤੋਂ ਹਨਾ ਜੀ ਤੁਸੀਂ ਜਾਣਨਾ ਚਾਹੁੰਦਾ ਕਿ ਇਸ ਫਿਲਮ ਦੇ ਵਿੱਚ ਕਿੰਨੇ ਕਿਵੇਂ ਤੁਸੀਂ ਵੱਡੀ ਕਰੋਗੇ ਫਿਲਮ ਨੂੰ ਕਿ ਡਾਇਲੋਗ ਵੀ ਵੱਡੇ ਹੋਣ ਐਕਸ਼ਨ ਵੀ ਵੱਡਾ ਹੋਵੇ ਵਿਲਨ ਵੀ ਵੱਡਾ ਹੋਵੇ ਹਨ
एंड करवाने तुसी जदा एंड करवाने दा एक वर्ड्स ने पर जदों तुसी ए पेरेंट्स तो बच्चियां वाल जांदी कि जदों बच्चा जांदा तां पेरेंट्स उहनूं कहिंदे कि तू अपनी जिंदगी च खुद कुछ वड्डा करी सो उहदी ही सिनोम कह लो उहदे दूजा सिनोम इह आ कि जवाक कहिंदा कि मैं एंड करवाउणी आ सो इह कोई तत्ते वाली गल्ल नहीं हैगी तां इह पता जिहड़ी हैगा कुछ खास जिहड़ा कि गड़िया कोई डर गल्ला दा है कि तुसी मैं दसूंगा कि जदों फिल्म रिलीज़ होण दे नेड़े होगी मैं उदों दसणा चाहूंगा एंड मैं थोड़ा थैंक्स करना इन्हों का यार परमात्मा कि हॉस्पिटल लैके ना जाए पर यह जरूरी नहीं है तुम हॉस्पिटल तो वापस आके मेरी फिल्म देखनिया ने उदा भी मैं देख सकते फैमिली के नाल हाँ सो उन्होंने बहुत प्यार मेरे वालों थोड़े फादर साहब को एंड मैं उम्मीद है कि उन्होंने यह फिल्म बहुत वधिया लगेगी एंड क्योंकि यह मुद्दा जोड़ा है 15 साल तो लैके जिनी भी उम्र तक लैके जाओ सारे टच करो राइट सर जी
ਜਿਵੇਂ ਤੁਸੀਂ ਠੀਕ ਠਾਕ ਹੋ ਹਾਂਜੀ ਮੈਂ ਬਹੁਤ ਰਾਈਟ ਸੋ ਜਿਹੜੀ ਅਸੀਂ ਤੁਹਾਡੀ ਅਰਬਨ ਨੂੰ ਦੇਖਿਆ ਹੋਇਆ ਨਾ ਲੈਜੈਂਡ ਤੱਕ ਸੈਲਫੀ ਜਿਹੜੀ ਜ਼ਿਆਦਾਤਰ ਤੋਂ ਕਿਊਟ ਕਰਨਾ ਉਹਦੀ ਇੱਕ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ ਮੈਨੂੰ ਲੱਗਦਾ ਕਿ ਜਿਹੜੀ ਉਹ ਕਿਊਟਨੈਸ ਆ ਉਹ ਮੈਂ ਤੁਹਾਨੂੰ ਬਰਕਰਾਰ ਨਹੀਂ ਰਹੂਗੀ ਇੱਕ ਡਿਫਰੈਂਟ ਸ਼ੇਡ ਦੇਖਣ ਨੂੰ ਮਿਲੂਗੀ ਮੈਨੂੰ ਦੱਸ ਸਕਦੇ ਜੀ ਲੁੱਕ ਤੋਂ ਮੈਂ ਅੰਦਾਜ਼ਾ ਲਗਾਇਆ ਮੈਂ ਚਾਹੁੰਦਾ ਕਿ ਤੁਸੀਂ ਬਰੀਫ ਕਰਕੇ ਦੱਸੋ ਕਿ ਕਿਵੇਂ ਦੀ ਜ਼ਿੰਦਗੀ ਹੈ ਇਸ ਫਿਲਮ ਦੇ ਬਹੁਤ ਜਿਹੜਾ ਮੇਰਾ ਇਸ ਮੂਵੀ ਦੇ ਵਿੱਚ ਜਿਹੜਾ ਕੈਰੈਕਟਰ ਹੈ ਉਹ ਮੇਰੀ ਪਰਸਨੈਲਿਟੀ ਤੋਂ ਬਿਲਕੁਲ ਡਿਫਰੈਂਟ ਹੈਗਾ ਜਦੋਂ ਮੈਨੂੰ ਅਮਨੀਤ ਸਰ ਨੇ ਸਟੋਰੀ ਸੁਣਾਈ ਸੀ ਮੈਂ ਕਿਹਾ ਸਰ ਆਪਾਂ ਕਦੋਂ ਕਰ ਸਕਦੇ ਹਾਂ ਕਦੋਂ ਸਟਾਰਟ ਕਰਨੀ ਹੈ ਮੈਨੂੰ ਇਹ ਗੱਲ ਦੱਸੋ ਤੇ ਪੋਸਟਰ ਚ ਵੇਖ ਕੇ ਤੁਹਾਨੂੰ ਲੱਗ ਹੀ ਰਿਹਾ ਕਿ ਬਿਲਕੁਲ ਡਿਫਰੈਂਟ ਇੱਕ ਜਿਹੜਾ ਮੇਰਾ ਕਰੈਕਟਰ ਤੋਂ ਜੋ ਮੈਂ ਕਰੈਕਟਰ ਪਲੇ ਕੀਤੇ ਹੋਏ ਨੇ ਉਹਨਾਂ ਤੋਂ ਬਿਲਕੁਲ ਹਟ ਕੇ ਹੈਗਾ ਤੇ ਆਈ ਥਿੰਕ ਜਦੋਂ ਮੂਵੀ ਨੇੜੇ ਆਊਗੀ ਉਦੋਂ ਅਸੀਂ ਹੋਰ ਜ਼ਿਆਦਾ ਤੁਹਾਨੂੰ ਡਿਸਕ੍ਰਾਈਬ ਕਰ ਸਕਾਂਗੇ ਕਿ ਇਸ ਦੇ ਵਿੱਚ ਕੀ ਕੀ ਚੀਜ਼ਾਂ ਹੈਗੀਆਂ ਜੀ ਓਕੇ ਸੋ ਆਈ ਥਿੰਕ ਆਪਨ ਸੈਟ ਕਮ ਕਰ ਦੋ ਜੀ ਹਾਂ ਜੀ ਸਰ ਦਲਜੀਤ ਭਾਜੀ ਜਿਹੜੇ ਪ੍ਰੋਡਿਊਸ ਕਰ ਰਹੇ ਉਹਨਾਂ ਦਾ ਵੀ ਇਹ ਸੀ ਕਿ ਯਾਰ ਤੁਸੀਂ ਪੰਜਾਬ ਦਿਖਾਓ ਤੁਸੀਂ ਉਹ ਪੰਜਾਬ ਦਿਖਾਓ ਜਿਹੜਾ ਪੰਜਾਬ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਲੋਕ ਕਨੈਕਟ ਕਰਨ ਦੀ ਦੇ ਨਾਲ ਜਿਹਨੂੰ ਲੋਕ ਦੇਖਣਾ ਪਸੰਦ ਕਰਦੇ ਸੋ ਤੁਸੀਂ ਆਲ ਅਰਾਊਂਡ ਪੰਜਾਬ ਤੁਸੀਂ ਦੇਖੋਗੇ ਤੁਹਾਨੂੰ ਫਿਲਮ ਦੇ ਵਿੱਚ ਦੇਖੋਗੇ ਸ਼ੂਟਿੰਗ ਭਾਜੀ 35 ਦਿਨ ਹੁੰਦੇ ਜੀ ਸ਼ੂਟ ਦੇ 35 ਦਿਨ ਚ ਸ਼ੂਟ ਖਤਮ ਹੋ ਜਾਣਾ ਸਾਡਾ 17 ਮਈ ਨੂੰ ਫਿਲਮ ਆਉਣੀ ਉਹ ਤੋਂ 2 ਮਹੀਨੇ ਪਹਿਲਾਂ ਗਾਣੇ ਪਹੁੰਚ ਚੁੱਕਾ ਹੈ ਕਿ ਟ੍ਰੇਲਰ ਆ ਜਾਊਗਾ ਤੇਰਾ ਆਪਾਂ ਟ੍ਰੇਲਰ ਤੇ ਮਿਲਾਂਗੇ ਦੁਬਾਰਾ ਪਹੁੰਚਦਾ ਸੋ ਤੁਸੀਂ ਪਿਛਲੀ ਫਿਲਮ ਚ ਵੀ ਬਹੁਤ ਸਪੋਰਟ ਕੀਤਾ ਸੀ ਐਂਡ ਉਮੀਦ ਕਰਦਾ ਕਿ ਤੁਸੀਂ ਇਸ ਦੇ ਵਿੱਚ ਵੀ ਬਹੁਤ ਸਪੋਰਟ ਕਰੋਗੇ ਪਰ ਜੇ ਬਈ ਨਾ ਇੱਕ ਚੀਜ਼ਾਂ ਹੋ ਜਾਂਦੀਆਂ ਜਦੋਂ ਨਾ ਆਰਟਿਸਟ ਕਿਸੇ ਦੇ ਵਿੱਚ ਦੋ ਚਾਰ ਹੋਏ ਸਰਾਂਸੀਆ ਸਪੈਸ਼ਲ ਨੇ ਹੋਣੀ ਜਾਣਾ ਜੀ ਪਹਿਲਾਂ ਤਾਂ ਸਾਰੇ ਇੰਟਰਵਿਊ ਹੁੰਦੀਆਂ ਵੀ ਸਾਡੇ ਇੰਟਰਵਿਊ ਕਰ ਦੋ ਚਾਰ ਪੰਜ ਫਿਲਮਾਂ ਚੱਲ ਜਾਂਦੀਆਂ ਤਾਂ ਅਗਰ ਤਾਂ ਸਪੈਸ਼ਲੀ ਆ ਚਾਰ ਪੰਜਾਂ ਦੀ ਕਰੋ ਇਹ ਚੀਜ਼ ਸਭ ਅਸੀਂ ਐਕਸਪੈਂਡ ਕਰਦੇ ਵੀ ਜੇ ਵੱਲੋਂ ਨਹੀਂ ਨਹੀਂ ਜੇ ਵੱਲੋਂ ਤਾਂ ਯਾਰ ਮੈਂ ਇਦਾਂ ਸੋਚਦਾ ਹੁੰਦਾ ਕਿ ਜਿਹੜੇ ਬੰਦੇ ਦੇ ਸਭ ਤੋਂ ਘੱਟ ਸਬਸਕ੍ਰਾਈਬਰ ਆ ਉਹਦੇ ਨਾਲ ਸਭ ਤੋਂ ਪਹਿਲਾਂ ਕਰਾਂ ਸੋ ਇਹ ਕੋਸ਼ਿਸ਼ ਮੇਰੀ ਪਹਿਲੀ ਫਿਲਮ 'ਚ ਹੀ ਆ ਇਦਾਂ ਸੀਗਾ ਪਿਛਲੀ ਫਿਲਮ 'ਚ ਵੀ ਇਦਾਂ ਸੀਗਾ ਪਰ ਮੈਨੂੰ ਇਹ ਹੁੰਦਾ ਕਿ ਤੁਸੀਂ ਜਿਹਦੇ ਬਾਰੇ ਗੱਲ ਕਰਨੀ ਹੈ ਨਾ ਜਿਹੜਾ ਮੁੱਦਾ ਉਹ ਤੁਹਾਡੇ ਕੋਲ ਉਹਦੇ ਬਾਰੇ ਗੱਲ ਕਰਨ ਲਈ ਗੱਲ ਹੋਣੀ ਚਾਹੀਦੀ ਆ ਮਤਲਬ ਸਿਰਫ ਉੱਥੇ ਜਾ ਕੇ ਤੇ ਆਪਣਾ ਨਾਮ ਦੱਸ ਕੇ ਮਤਲਬ ਇੱਕ ਸਿਰਫ ਇੱਧਰ ਇੰਟਰਵਿਊ ਨਾ ਹੋਵੇ ਸੋ ਮੇਰੀ ਇਹ ਕੋਸ਼ਿਸ਼ ਹੈ ਯਾਰ ਕਿ ਮੈਂ ਤੁਹਾਡੇ 'ਚੋਂ ਹੀ ਨਿਕਲਿਆ ਤੁਹਾਡੇ ਅੱਗੇ ਹੀ ਹਾਂ ਸੋ ਤੁਹਾਡੇ 'ਚ ਕੋਈ ਬੰਦਾ ਨਿਰਾਸ਼ ਨਾ ਹੋਵੇ ਕਿਉਂਕਿ ਤੁਸੀਂ ਹੀ ਆਡੀਅੰਸ ਤੱਕ ਲੈ ਜਾਂਦਾ ਮੇਰਾ ਜੇ ਨਾਲ ਐਕਸਪੀਰੀਅੰਸ ਇੱਦਾਂ ਲੱਗਦਾ ਕਿ ਮੈਨੂੰ ਮਤਲਬ ਹੀ ਇਜ਼ ਵੈਰੀ ਗਰਾਊਂਡਡ ਇੱਦਾਂ ਕਦੀ ਫੀਲ ਹੀ ਨਹੀਂ ਆਉਣ ਦਿੰਦੇ ਕਿ ਇਜ਼ ਅ ਸਟਾਰ ਔਰ ਬਹੁਤ ਵੱਡੇ ਆਰਟਿਸਟ ਹੈਗੇ ਨੇ ਇੱਕ ਤੁਹਾਨੂੰ ਹੁੰਦਾ ਨਾ ਕਿ ਮਤਲਬ ਮੇਰਾ ਡੈਬਿਊ ਹੋ ਰਿਹਾ ਅਤੇ ਇੱਕ ਨਰਵਸਨੈਸ ਹੁੰਦੀ ਹੈ ਬੰਦੇ ਦੇ ਅੰਦਰ ਕਿ ਮੈਂ ਕਿੱਦਾਂ ਗੱਲ ਕਰਾਂਗੀ ਜਾਂ ਹੀ ਇਜ਼ ਕੰਫਰਟੇਬਲ ਔਰ ਨਾਟ ਬਟ ਇਹਨਾਂ ਨੇ ਹਮੇਸ਼ਾ ਬਹੁਤ ਵਧੀਆ ਇੱਕ ਫੈਮਿਲੀ ਦੀ ਤਰ੍ਹਾਂ ਟ੍ਰੀਟ ਕਰਦੇ ਨੇ ਆਲੇ ਦੁਆਲੇ ਨਾਟ ਇਵਨ ਮੀ ਹਰ ਇੱਕ ਮਤਲਬ ਜਿਹੜਾ ਵੀ ਇਹਨਾਂ ਦੇ ਆਲੇ ਦੁਆਲੇ ਹੁੰਦੇ ਹਰ ਬੰਦੇ ਨੂੰ ਇੰਨਾ ਸਪੈਸ਼ਲ ਫੀਲ ਕਰਾਉਣਗੇ ਕਿ ਇੱਦਾਂ ਲੱਗਦਾ ਕਿ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਕੰਮ ਕਰ ਰਹੇ ਹਾਂ ਸਾਰੇ ਟੀਮ ਵਰਕ ਸਾਡਾ ਚੱਲ ਰਿਹਾ ਹੈਗਾ ਸੋ ਮੇਰਾ ਬਹੁਤ ਵਧੀਆ ਨਜ਼ਰ ਆ ਐਕਸਪੀਰੀਅੰਸ ਹੈ ਇੰਡਸਟਰੀ ਚ ਆਏ ਸੀ ਇਹਨਾਂ ਦੇ ਲਈ ਵੀ ਬੜਾ ਟਫ ਹੈਗਾ ਸੀ ਇੱਦਾਂ ਹੀ ਜਿੱਦਾਂ ਮੇਰੀ ਕੋਈ ਬੈਕਗ੍ਰਾਉਂਡ ਨਹੀਂ ਹੈਗੀ ਕਿ ਮੇਰੀ ਆਪਾਂ ਕਹੀਏ ਕਿ ਮੇਰੇ ਕੋਈ ਮੰਮੀ ਪਾਪਾ ਜਾਂ ਮੇਰੇ ਕੋਈ ਰਿਲੇਟਿਵਸ ਹੈਗੇ ਨੇ ਮੇਰੇ ਲਈ ਵੀ ਬਹੁਤ ਜ਼ਿਆਦਾ ਟਫ ਰਿਹਾ ਸੀ ਸਾਰਾ ਕੁਛ ਬਹੁਤ ਨਵੇਂ ਸਿਰੇ ਤੋਂ ਸਟਾਰਟ ਕਰਨਾ ਪਤਾ ਹੀ ਹੁੰਦਾ ਸੀ ਕਈ ਚੀਜ਼ਾਂ ਕਿ ਕਿੱਦਾਂ ਕਰਨਾ ਹੈ ਇਨਫੈਕਟ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਪ੍ਰੋਸੈਸ ਕੀ ਹੈ ਕਿ ਕਿੱਦਾਂ ਤੁਹਾਨੂੰ ਕੰਮ ਮਿਲੇਗਾ ਬਟ ਹੌਲੀ 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 ਜਦੋਂ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਜਾਂਦੇ ਹੋ ਆਪਣੇ ਸਕਿੱਲਸ ਤੇ ਕੰਮ ਕਰਦੇ ਜਾਂਦੇ ਹੋ ਪਰਮਾਤਮਾ ਆਟੋਮੈਟਿਕਲੀ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਲ ਮਿਲਾ ਦਿੰਦਾ ਉਹ ਜਿਹਾ ਐਟਮੋਸਫੇਅਰ ਬਣਾ ਦਿੰਦਾ ਮੇਰਾ ਹਮੇਸ਼ਾ ਪਰਮਾਤਮਾ ਅੱਗੇ ਇਹ ਅਰਦਾਸ ਹੁੰਦਾ ਸੀ ਕਿ ਮੈਂ ਵਧੀਆ ਕੰਮ ਕਰਨਾ ਚਾਹੁੰਦੀ ਹਾਂ ਸੋ ਆਈ ਐਮ ਸੋ ਹੈਪੀ ਮੈਨੂੰ ਲੱਗਦਾ ਮੇਰੀ ਉਹ ਵਿਸ਼ ਪੂਰੀ ਹੋ ਗਈ ਕਿ ਮੈਨੂੰ ਇੰਨੀ ਵਧੀਆ ਟੀਮ ਮਿਲੀ ਹੈ ਗੈਰੀ ਭਾਜੀ ਨੇ ਸਾਹਮਣੇ ਖੜੇ ਹੋਏ ਨੇ ਸ਼ਮੀ ਜੀ ਨੇ ਕਿਨ ਸਰ ਨੇ ਜੋ ਕਿ ਇੰਨੇ ਵਧੀਆ ਮੂਵੀਜ਼ ਬਣਾ ਰਹੇ ਨੇ ਇੰਡਸਟਰੀ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਹੇ ਉਹਨਾਂ ਦਾ ਉਹਨਾਂ ਦੀ ਸੋਚ ਹਮੇਸ਼ਾ ਇਹ ਹੁੰਦੀ ਹੈ ਕਿ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਓ
ਸੋ ਮੈਨੂੰ ਲੱਗਦਾ ਮੇਰੀ ਵਿਸ਼ ਪੂਰੀ ਹੋ ਗਈ ਹੈ ਤੇ ਮੈਂ ਬਸ ਤੁਹਾਡੇ ਸਾਰੇ ਤੋਂ ਇਹ ਉਮੀਦ ਕਰਦੀ ਹਾਂ ਕਿ ਜਿੱਦਾਂ ਅਸੀਂ ਆਪਣੇ ਲਿਟਲ ਲਿਟਲ ਸਟੈਪ ਦੇ ਨਾਲ ਆਪਣੀ ਡ੍ਰੀਮ ਦੇ ਵੱਲ ਜਾ ਰਹੇ ਹਾਂ ਤੁਸੀਂ ਸਾਰੇ ਦੇ ਸਪੋਰਟ ਕਰੋ ਸਾਰੇ ਭਾਜੀ ਟਰੂ ਸਟੋਰੀ ਹੈ ਜਾਂ ਫਿਕਸ਼ਨ ਹੈ ਨਹੀਂ ਨਹੀਂ ਭਾਜੀ ਫਿਕਸ਼ਨ 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 ਹਾਂਜੀ ਟੋਟਲ ਫਿਕਸ਼ਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਿਵਮ ਹੈ ਤੇ ਮੈਂ ਵਰਲਡ ਪੰਜਾਬੀ ਟੀਵੀ ਤੋਂ ਤੇ ਮੇਰਾ ਸਵਾਲ ਦੀਪ ਮੈਮ ਦੇ ਲਈ ਆ ਦੀਪ ਮੈਮ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਮੈਸੇਜ ਦਿੱਤਾ ਜਾਂਦਾ ਅੰਦਰ ਦੇ ਵਿੱਚ ਤਾਂ ਜਿਹੜੇ ਵਿਊਅਰਸ ਹੁਣ ਜਦੋਂ ਫਿਲਮ ਦੇਖਣ ਜਾਣਗੇ ਤਾਂ ਕੀ ਇਸ ਦੇ ਵਿੱਚ ਐਂਟਰਟੇਨਮੈਂਟ ਜ਼ਿਆਦਾ ਜਾਂ ਫਿਰ ਮੈਸੇਜ ਜਿਹੜਾ ਬਹੁਤ ਵਧੀਆ ਆਉਣ ਵਾਲਾ ਇਹ ਜਾਣਨਾ ਚਾਹਾਂਗਾ ਕਿ ਮੈਸੇਜ ਬੇਸਿਕਲੀ ਕੀ ਰਹਿਣ ਵਾਲਾ ਸੀ ਦੇਖੋ ਮੈਸੇਜ ਦਾ ਤੁਹਾਨੂੰ ਮੂਵੀ ਦੇਖ ਕੇ ਪਤਾ ਲੱਗੂਗਾ ਤੇ ਰਹੀ ਗੱਲ ਤੁਹਾਡੀ ਐਂਟਰਟੇਨਮੈਂਟ ਤੇ ਮੈਸੇਜ ਦੀ ਇਹ ਦੋਨੋਂ ਹੀ ਜਿਹੜਾ ਕਿ ਕਹਿ ਸਕਦੇ ਨੇ ਕਿ ਦੋਨੇ ਚੀਜ਼ਾਂ ਤੁਹਾਨੂੰ ਮਿਲਣਗੇ ਔਰ ਤੁਸੀਂ ਵੀ ਆਈ ਥਿੰਕ ਜਦੋਂ ਇਹ ਚੀਜ਼ ਨੂੰ ਦੇਖੋਗੇ ਨਾ ਜਦੋਂ ਤੁਸੀਂ ਸਟੋਰੀ ਨੂੰ ਦੇਖੋਗੇ ਤਾਂ ਤੁਸੀਂ ਵੀ ਇਸ ਚੀਜ਼ ਨੂੰ ਐਕਸਪੀਰੀਅੰਸ ਕਰੋਗੇ ਕਿ ਡਿਫਰੈਂਟ ਕਨਸੈਪਟ ਹੈ ਐਂਡ ਡਿਫਰੈਂਟ ਇਦਾਂ ਹੈ ਕਿ ਇਸ ਕਨਸੈਪਟ ਤੇ ਕਿਸੇ ਨੇ ਕੰਮ ਨਹੀਂ ਕੀਤਾ ਔਰ ਇਹ ਬਹੁਤ ਕਾਮਨ ਵੀ ਹੈ ਆਪਣੀ ਡੇਲੀ ਟੂ ਡੇਲੀ ਲਾਈਫ ਦੇ ਵਿੱਚ ਬਟ ਇਹਨੂੰ ਹਾਲੇ ਤੱਕ ਕਿਸੇ ਨੇ ਇਸ ਤਰੀਕੇ ਦੇ ਨਾਲ ਹੀ ਦਿਖਾਇਆ ਜਿਸ ਤਰੀਕੇ ਦੇ ਨਾਲ ਸਾਡੀ ਮੂਵੀ ਦੇ ਵਿੱਚ ਤੁਸੀਂ ਦੇਖੋਗੇ ਬੀਤੀ ਆ ਤਾਂ ਮੈਂ ਉਹਨੂੰ ਪਰਦੇ ਦੇ ਦਿਖਾਵਾਂ ਕਿਉਂਕਿ ਉਹ ਸਾਰੇ ਦੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਕਨੈਕਟਡ ਹੁੰਦੇ ਆ ਜੇ ਤੁਸੀਂ ਮੈਡਲ ਦੇਖ ਲਈ ਉਹਦੇ ਵਿੱਚ ਨਾ ਰਾਜੇ ਨੂੰ ਸੌਂਦਾ ਨਹੀਂ ਗਿਆ ਕੰਮਾਂ ਦਾ ਉਹ ਮੇਰੀ ਫੈਮਿਲੀ ਚੋਂ ਕਿਸੇ ਨਾਲ ਹੋਇਆ ਹੋਇਆ ਇਸ ਕਰਕੇ ਉਹ ਸੌਂਦਾ ਨਹੀਂ ਸੋ ਇਹ ਜਿਹੜਾ ਮੁੱਦਾ ਹੈ ਵੀ ਮੇਰੀ ਫੈਮਿਲੀ ਚੋਂ ਕਿਸੇ ਦੇ ਨਾਲ ਹੋਇਆ ਹੋਇਆ ਮੇਰੀ ਫੈਮਿਲੀ ਚੋਂ ਥੋੜੇ ਸਾਰੇ ਦੀ ਫੈਮਿਲੀ ਚੋਂ ਕਿਸੇ ਨਾ ਕਿਸੇ ਨਾਲ ਜ਼ਰੂਰ ਜਾਂ ਤੁਸੀਂ ਕਿਸੇ ਨੇ ਅੱਖਾਂ ਤੋਂ ਦੇਖਿਆ ਜ਼ਰੂਰ ਹੋਊਗਾ ਕਿ ਮੈਂ ਦੱਸ ਦਿੰਦਾ ਨਾ ਤੁਸੀਂ ਕਈ ਵਾਰੀ ਦੇਖਿਆ ਹਸਪੀਟਲ ਜਾਂਦੇ ਆ ਤਾਂ ਬੰਦਾ ਵੈਂਟੀਲੇਟਰ ਤੇ ਪਿਆ ਹੁੰਦਾ ਪਰ ਬੰਦਾ ਹੁੰਦਾ ਨਹੀਂ ਗਿਆ ਪਰ ਉਹਦੇ ਬਾਰੇ ਕਦੀ ਇਹਨੇ ਗੱਲ ਕੀਤੀ ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਯਾਰ ਉਹ ਜਿਹੜੇ ਆਮ ਲੋਕ ਨੇ ਜਿਹੜੀਆਂ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਰਹੇ ਉਹਨਾਂ ਨੂੰ ਜਾਗਰੂਕ ਕਰਨ ਲਈ ਤੁਹਾਨੂੰ ਐਂਟਰਟੇਨਮੈਂਟ ਤਾਂ ਦੇਣਾ ਹੀ ਪੈਣਾ ਪਰ ਨਾਲ ਤੁਸੀਂ ਇੱਕ ਛੋਟੀ ਜਿਹੀ ਸਨਾਹ ਦੇ ਮੈਸੇਜ ਦੇ ਦਿੰਦੇ ਆ ਤਾਂ ਉਹ ਤੋਂ ਵਧੀਆ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਸਿਮਰਨ ਫਰੋਮ ਪਿਕਸੀ ਚੈਨਲ। ਅੱਛਾ ਜੈਰਨ ਦਾ ਮਨ ਅਸੀਂ ਹਮੇਸ਼ਾ ਐਕਸ਼ਨ ਹੀਰੋ ਦੇ ਵਜੋਂ ਦੇਖਿਆ ਹੈ ਨਾ, ਇੱਕ ਪਾਰਟਿਕੂਲਰ ਜਨਰ ਹੈ ਕਿ ਜੈਨ ਇਹ ਐਕਸ਼ਨ ਵਧੀਆ ਹੀ ਕਰਦਾ ਹੈ। ਆਪਾਂ ਕਹਿੰਦੇ ਨਹੀਂ ਨਾ ਐਕਟਰ ਹੀ ਕਹਿੰਦੇ ਉਹਨਾਂ ਨੂੰ, ਸੋ ਉਦਾਂ ਹੀ ਜੋਨਰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਮੇਰਾ ਨਾਮ ਆ ਐਜ਼ ਐਨ ਆਰਟਿਸਟ, ਮੈਂ ਉਹ ਫਿਲਮਾਂ ਬਣਾਉਂਦਾ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ, ਜਿਹੜੀਆਂ ਲੋਕ ਦਰਸ਼ਕਾਂ ਨੂੰ ਦੇਖਣੀਆਂ ਵਧੀਆ ਲੱਗਦੀਆਂ, ਜਿਹੜੀ ਲੋਕਾਂ ਨੂੰ ਮੇਰੇ ਤੋਂ ਉਮੀਦ ਆ। ਸੋ ਮੇਰੀ ਕੋਸ਼ਿਸ਼ ਆ ਕਿ ਇਸ ਫਿਲਮ ਦੇ ਵਿੱਚ ਪਹਿਲਾਂ ਤੁਹਾਨੂੰ ਇਹ ਨਾ ਲੱਗੇ ਕਿ ਐਕਸ਼ਨ ਫਿਲਮਾਂ, ਦੂਜੀ ਤੁਸੀਂ ਇਹਨੂੰ ਆਪਣੀ ਮੰਮੀ ਨਾਲ, ਦਾਦੀ ਨਾਲ, ਦਾਦੇ ਨਾਲ, ਭਰਾ ਨਾਲ ਤੁਸੀਂ ਜਾ ਕੇ ਦੇਖੋ ਤੇ ਤੁਹਾਨੂੰ ਐਂ ਲੱਗੇ ਕਿ ਯਾਰ ਬਹੁਤ ਵਧੀਆ ਫਿਲਮ ਆ। ਸੋ ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਕੁਛ ਅਲੱਗ ਡਿਫਰੈਂਟ ਕਰਨ। ਹਾਂਜੀ ਸ਼ਾਇਦ ਮੈਨੂੰ ਲੱਗਦਾ ਜੇ ਉਹ ਮੇਰੀ ਮੈਡਲ 2 ਜੂਨ ਨੂੰ ਆਈ ਆ ਹੁਣ ਅਗਲੀ ਆ ਜਾਣੀ ਨਹੀਂ ਤਾਂ ਅੱਛਾ ਕੋਈ ਪੋਸਟ ਨਹੀਂ ਪਾਇਆ 6 ਮਹੀਨੇ ਬਾਅਦ ਫਿਲਮ ਕਰਨਾ ਤਾਂ ਮੇਰੀ ਕੋਸ਼ਿਸ਼ ਆ ਕਿ ਯਾਰ ਇਕੱਲਾ ਮੈਂ ਨਹੀਂ ਆਏ, ਇਹ ਮੇਰੇ ਵਰਗੇ ਕਈ ਮੇਰੇ ਵੱਲ ਦੇਖਦੇ ਹੋਣੇ ਜਿਹਨਾਂ ਦੀ ਨਾਂ ਹੈ। ਸੋ ਜੇ ਮੈਂ ਕਿਤੇ ਵੀ ਗਲਤ ਕਦਮ ਚੱਕਿਆ ਉਹ ਇਕੱਲਾ ਮੈਂ ਗਲਤ ਨਹੀਂ ਹੋਣਾ, ਮੇਰੇ ਪਿੱਛੇ ਜਾਂ ਮੈਨੂੰ ਦੇਖ ਕੇ ਜਿਹਨਾਂ ਨੇ ਆਉਣਾ ਉਹਨਾਂ ਨੇ ਵੀ ਗਲਤ ਹੋਣਾ। ਸੋ ਥੋੜੀ ਜ਼ਿੰਮੇਵਾਰੀ ਆ ਕਿ ਤੁਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰੋ, ਦਿਲੋਂ ਆ ਜਾਂਦੀ ਆ ਤਾਂ ਕਰੋ, ਐਂਡ ਸਟੋਰੀਜ਼ ਜਿੰਨੀਆਂ ਵੀ ਅੱਜ ਤੱਕ ਤੁਸੀਂ ਫਿਲਮਾਂ ਮੇਰੀਆਂ ਦੇਖੀਆਂ, 3 ਫਿਲਮਾਂ ਆਈਆਂ, ਉਹਨਾਂ ਸਾਰਿਆਂ ਨਾਲੋਂ ਇਹਦੀ ਕਹਾਣੀ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਇਹ ਬੈਸਟ ਆ। ਪੰਜਾਬੀ ਪੰਜਾਬੀ ਸੁਣਿਆ, ਪੰਜਾਬੀ ਪੰਜਾਬ ਦੀ ਗੱਲ ਹੈ, ਪੰਜਾਬ ਦੀ ਗੱਲ ਹੈ। ਦੇਖੋ ਜਿੱਦਾਂ ਮੈਂ ਵੱਡੀ ਛੋਟੀ ਮੈਂ ਫਿਲਮ ਦੱਸਦਾ, ਮੈਂ ਵੱਡੀ ਛੋਟੀ ਤਕਲੀਫ ਨਹੀਂ ਕਰਦਾ, ਤੁਹਾਡੇ ਸਾਹਮਣੇ ਵੱਡੀਆਂ ਵੱਡੀਆਂ ਫਿਲਮਾਂ ਆਉਂਦੀਆਂ ਨੇ, ਕਈ ਵਾਰੀ ਨਹੀਂ ਲੋਕ ਪੁੱਛਦੇ ਵੱਡੀਆਂ, ਜਿੱਦਾਂ ਤੁਸੀਂ ਵੱਡੀਆਂ ਕਹਿੰਦੇ ਆ, ਮੈਂ ਵੱਡੀ ਨਹੀਂ ਕਹਿੰਦਾ, ਮੈਨੂੰ ਉਹਦਾ ਕੰਟੈਂਟ ਵਧੀਆ ਹੋਣਾ ਚਾਹੀਦਾ, ਕੰਟੈਂਟ ਵਧੀਆ ਹੋਊਗਾ, ਪੰਜਾਬ ਚਲਾਊਗਾ ਫਿਲਮ, ਪੰਜਾਬ ਦੇਖੂਗਾ ਤਾਂ ਉਹ ਪ੍ਰੋਡਿਊਸਰ ਤਾਂ ਚਾਹੂਗਾ ਯਾਰ ਮੈਨੂੰ ਮਲਟੀ ਲੈਂਗੁਏਜ ਕਰੀਏ। ਸੋ ਜਦੋਂ ਤੁਸੀਂ ਕਿਸੇ ਫਿਲਮ ਨੂੰ ਮਲਟੀ ਲੈਂਗੁਏਜ ਐਕਸਪੈਕਟ ਕਰਦੇ ਹੋ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਸਾਡੀ ਆਡੀਅੰਸ ਤੋਂ ਰਿਸਪੌਂਸ ਹੋਊਗਾ, ਦੈਨ ਪ੍ਰੋਡਿਊਸਰ ਇਹ ਚੀਜ਼ ਸੋਚਦਾ।
ਤੁਸੀਂ ਵੀ ਦੇਖਿਆ ਜਿੰਨੀਆਂ ਸਾਊਥ ਦੀਆਂ ਫਿਲਮਾਂ ਪੈਨ ਇੰਡੀਆ ਬਣੀਆਂ ਨੇ ਉਹ ਪਹਿਲਾਂ ਆਪਣੇ ਰੀਜਨ ਚ ਸੁਪਰ ਹਿੱਟ ਹੋਈਆਂ। ਕੰਤਾਰਾ ਦੀ ਐਗਜ਼ਾਮਪਲ ਦੇ ਦਿੰਦਾ ਮੈਂ। ਸੋ ਪਹਿਲਾਂ ਆਪਣੇ ਰੀਜਨ ਸੁਪਰ ਹਿੱਟ ਹੋਈਆਂ, ਦੈਨ ਫਿਰ ਉਹ ਅਪਰ ਵਰਲਡ। ਮਤਲਬ ਇੰਨੀ ਲੌਂਗ ਪਲੈਨਿੰਗ ਕਰਕੇ ਨਹੀਂ ਚੱਲਦਾ ਕਿ ਸਿਰਫ ਫਿਲਮ ਵਧੀਆ ਬਣਾਈਏ। ਜੇ ਤੁਹਾਡਾ ਸਭ ਤੋਂ ਵਧੀਆ ਤੇ ਪਸੰਦੀਦਾ ਜ਼ੋਨਰ ਕਿਹੜਾ ਤੇ ਕੀ ਉਹ ਜ਼ੋਨਰ ਦਾ ਐਕਸਪੈਰੀਮੈਂਟ ਸਾਨੂੰ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ? ਯਾਰ ਮੇਰੇ ਆਰਟਿਸਟ ਦਾ ਜੋਨਰ ਪਸੰਦੀਦਾ ਵੀ ਹੁੰਦਾ। ਆਰਟਿਸਟ ਲਈ ਸਭ ਤੋਂ ਪਸੰਦੀਦਾ ਗੱਲ ਇਹ ਹੈ ਕਿ ਜਿਹੜੇ ਆਡੀਅੰਸ ਆ ਉਹ ਐਂਟਰਟੇਨ ਹੋ। ਸੋ ਜਿਹੜੀ ਚੀਜ਼ ਮੇਰੀ ਕੋਸ਼ਿਸ਼ ਹੈ ਇਸ ਫਿਲਮ ਦੇ ਵਿੱਚ, ਆ ਜਿੱਦਾਂ ਦਾ ਮੇਰਾ ਤੁਸੀਂ ਇਹਦੇ 'ਚ ਕਰੈਕਟਰ ਦੇਖੋਗੇ, ਤੁਸੀਂ ਪਹਿਲਾਂ ਕਿਸੇ ਫਿਲਮ 'ਚ ਨਹੀਂ ਦੇਖਿਆ, ਜਿੱਦਾਂ ਦਾ ਤੁਸੀਂ ਮੈਡਲ 'ਚ ਦੇਖਿਆ ਸੀ ਉਹ ਤੁਸੀਂ ਪਹਿਲਾਂ ਨਹੀਂ ਦੇਖਿਆ ਸੀ, ਸ਼ੂਟਰ 'ਚ ਜੋ ਦੇਖਿਆ ਉਹ ਪਹਿਲਾਂ ਨਹੀਂ ਦੇਖਿਆ। ਸੋ ਮੇਰੀ ਕੋਸ਼ਿਸ਼ ਆ ਜਿਹੜਾ ਤੁਸੀਂ ਫਿਲਮ ਦੇਖਣ ਜਾਂਦੇ ਆ ਉਹ ਕਰੈਕਟਰ, ਜੇ ਤੁਸੀਂ ਮੇਰੀਆਂ ਚਾਰ ਫਿਲਮਾਂ ਇਕੱਠੀਆਂ ਲਾ ਕੇ ਦੇਖੋ, ਤੁਹਾਨੂੰ ਐਂ ਨਾ ਲੱਗੇ ਕਿ ਯਾਰ ਇੱਕ ਹੀ ਬੰਦਾ ਚੱਲੀ ਜਾਂਦਾ, ਉਹਨੂੰ ਲੱਗੇ ਕਿ ਇਹ ਰਾਜਾ ਹੈ, ਇਹ ਸੁੱਚਾ ਹੈ, ਇਹ ਸਾਬੀ ਹੈ ਤੇ ਇਸ ਫਿਲਮ 'ਚ ਚੱਲੇਗਾ। ਮਤਲਬ ਬਸ ਇਹ ਹੋ ਜਾਂਦਾ ਕਿ ਜਦੋਂ ਤੁਸੀਂ ਕੈਮਰਾ ਦੇਖਦੇ ਹੁੰਦੇ ਹੋ ਥੋੜੇ ਨੈਚੁਰਲ, ਜਿੱਦਾਂ ਮਤਲਬ ਡਿਮਾਂਡ ਦੇ ਉੱਤੇ ਸਭ ਡਿਪੈਂਡ ਕਰਦਾ ਹੈਗਾ ਕਿ ਡਾਇਰੈਕਟਰ ਦੀ ਡਿਮਾਂਡ ਕੀ ਹੈ, ਸਕ੍ਰਿਪਟ ਦੀ ਡਿਮਾਂਡ ਕੀ ਹੈ, ਕਿੱਦਾਂ ਤੁਸੀਂ ਪਰਫਾਰਮ ਕਰਨਾ। ਸੋ ਐਸ ਸੱਚ ਕੋਈ ਡਿਫਰੈਂਟ ਨਹੀਂ ਹੈਗਾ। ਮਤਲਬ ਆਰਟਿਸਟ ਨੇ ਸਟੇਜ ਤੇ ਵੀ ਪਰਫਾਰਮ ਕਰਨਾ, ਫਿਲਮ 'ਚ ਵੀ ਪਰਫਾਰਮ ਕਰਨਾ, ਪਰਫਾਰਮੈਂਸ ਹੋਣੀ ਚਾਹੀਦੀ। ਥੈਂਕ ਯੂ ਫੋਟੋ ਵਧੀਆ ਲਾਇਆ ਸਾਰੇ ਜਣੇ। ਸੋ ਥੈਂਕ ਯੂ ਸੋ ਮਚ। ਉਪਾਲੀ ਗੱਲ ਪਤਾ ਕੀ ਹੈ, ਸਾਰੇ ਐਲਾਨ ਕਹਿੰਦੇ ਆ ਜਿੱਦਾਂ ਦਿਲਦਾ ਇਹ ਕੈਰੇਕਟਰ ਅਲੱਗ ਅਲੱਗ ਨੇ, ਚਾਹੁੰਦੇ ਜੀ ਹੁਣ ਜੀ ਜ਼ਾਇਰ ਇਹ ਸਾਨੂੰ ਗੁਲਾਬ ਦੀ ਦੇਗੀ ਦੇਖੋਗੇ। ਪਰ ਯਾਰ ਮੈਨੂੰ ਇਦਾਂ ਲੱਗਦਾ ਕਿ ਤੁਹਾਡਾ ਸਿਨੇਮਾ ਹਾਲ ਹੈ ਸੰਪੀਲ, ਤੁਹਾਡੇ ਕੋਲ ਮੀਨਿੰਗਫੁਲ ਸਕ੍ਰਿਪਟ ਨਹੀਂ ਨਾ ਹੈਗੀ, ਤੇ ਜੋ ਮੇਰਾ ਦਿਲ ਕਰਦਾ ਮੈਂ ਉਹ ਅੱਖਾਂ ਬੰਦ ਕਰਕੇ ਨਹੀਂ ਕਰ ਸਕਦਾ। ਮੈਨੂੰ ਉਹ ਚੀਜ਼ ਲਈ ਓਨੀ ਹੀ ਸਕ੍ਰਿਪਟ ਵੀ ਵਧੀਆ ਮਿਲਣੀ ਚਾਹੀਦੀ ਆ। ਹਾਲੇ ਸੰਪੀਲ ਮੈਨੂੰ ਇਦਾਂ ਲੱਗੂਗਾ ਕਿ ਆਹ ਫਿਲਮ ਬਹੁਤ ਵਧੀਆ, ਦੈਨ ਫਿਰ ਤੁਸੀਂ ਜੈਨ ਹੋਏ ਬਹੁਤ ਕੁਛ ਕਰਦੇ ਦੇਖੋਗੇ। ਪਰ ਅਕੋਰਡਿੰਗ ਟੂ ਸਕ੍ਰਿਪਟ ਤੇ ਅਕੋਰਡਿੰਗ ਟੂ ਸਿਨੇਮਾ, ਕਿਉਂਕਿ ਆਪਾਂ ਸਟੈਪ ਬਾਏ ਸਟੈਪ ਚੀਜ਼ਾਂ ਨਵੀਆਂ ਲਿਆ ਸਕਦੇ ਹਾਂ, ਇੱਕੋ ਦਮ ਨਵੀਂ ਚੀਜ਼ ਨਹੀਂ ਆ ਸਕਦੀ। ਸੋ ਥੈਂਕ ਯੂ ਸੋ ਮਚ ਜੀ, ਜ਼ੋਰਦਾਰ ਤਾੜੀਆਂ ਮਾਰੀ ਗੱਲ ਰਹੀ। ਤੇ ਹੁਣ ਸਾਰੇ ਸਬਸਕ੍ਰਾਈਬਰ ਜੀ ਜੀ ਐਸ ਪੈਸਾ ਕੇ ਤੁਸੀਂ ਆ ਕੇ ਦੱਸੋ ਨਾ ਤੇ ਕੀ ਆ ਨਾ ਇਹ ਲੋਕ ਕਹਿੰਦੇ ਕਿ ਉਹਦਾ ਬਾਰਾ ਬਾਰਾ ਪੰਜ ਕਰ ਕਰਦੇ। ਥੈਂਕ ਯੂ ਸੋ ਮਚ ਜੀ। ਅੱਛਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਾ ਕਿ ਫਿਲਮ ਲਿਖੀ ਕਿੰਨੇ ਆ, ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਆ, ਤੁਸੀਂ ਪੁੱਛਿਆ ਨਹੀਂ ਕਿਸੇ ਨੇ। ਮੈਂ ਕਿਹਾ ਤਾਂ ਰਾਈਟਰ ਲੈ ਕੇ ਆਏ ਨੇ ਜਿਨ੍ਹਾਂ ਨੇ ਜਿਹਨੇ ਪੰਜਾਬੀ ਫਿਲਮ ਲਿਖੀ ਆ। ਸੋ ਇਹ ਆਪਣੇ ਆਪ ਚ ਵਧੀਆ ਤੇ ਵੱਡੀ ਗੱਲ ਆ। ਜਿਹੜੀ ਵੱਡੀਆਂ ਫਿਲਮਾਂ ਦੀ ਗੱਲ ਕਰ ਰਹੇ ਹੋ ਤੁਸੀਂ, ਇਹ ਹੁੰਦੀ ਆ ਜਦੋਂ ਤੁਸੀਂ ਆਪਦੇ ਜੋਨ ਚੋਂ ਨਿਕਲ ਕੇ ਬਾਹਰੋਂ ਕੋਈ ਬੰਦਾ ਲੈ ਕੇ ਆਉਂਦੇ ਆ ਟੈਲੈਂਟ ਨੂੰ, ਤਾਂ ਕਿ ਤੁਹਾਡਾ ਪੰਜਾਬ ਤੇ ਪੰਜਾਬੀ ਫਿਲਮਾਂ ਵਧੀਆ ਹੋ ਸਕਣ। ਸੋ ਜਨਾਰਦਨ ਮਹਾਰਿਸ਼ੀ ਜੀ ਨੇ ਫਿਲਮ ਲਿਖੀ ਆ, ਵਿੱਚ ਅਮਰਜੀਤ ਸਰਾਵਾ ਜੀ ਕੋ ਪ੍ਰੋਡਿਊਸਰ ਨੇ, ਜਿਨ੍ਹਾਂ ਨੇ ਸੌਂਕਣ ਸੌਂਕ ਨੇ ਤੇ ਹੌਸਲਾ ਰੱਖ ਤੇ ਬਾਬੇ ਭੰਗੜਾ ਪਾਉਂਦੇ ਫਿਲਮ ਬਣਾਈ। ਇਕਲੌਤੇ ਡਾਇਰੈਕਟਰ ਨੇ ਉਹ ਜਿਨ੍ਹਾਂ ਨੇ ਇੱਕ ਸਾਲ ਦੇ ਵਿੱਚ 100 ਕਰੋੜ ਦਾ ਬਿਜ਼ਨਸ ਦਿੱਤਾ ਸੀ ਪੰਜਾਬੀ ਸਿਨੇਮੇ ਨੂੰ। ਸੋ ਕੋ ਪ੍ਰੋਡਿਊਸਰ ਨੇ, ਇਹਦੇ ਵਿੱਚ ਸਕ੍ਰਿਪਟ ਦੇ ਵਿੱਚ ਵੀ ਉਹਨਾਂ ਦੇ ਡਾਇਲੋਗਸ ਤੇ ਸਕ੍ਰੀਨ ਪਲੇ ਨੇ। ਸੋ ਉਹਨਾਂ ਲਈ ਉਹਨਾਂ ਦਾ ਵੀ ਥੈਂਕਸ, ਐਂਡ ਆਪਣੇ ਸਾਰਿਆਂ ਲਈ ਵਧੀਆ ਗੱਲ ਆ ਕਿ ਐਡੇ ਵਧੀਆ ਵਧੀਆ ਬੰਦੇ ਇਸ ਪ੍ਰੋਜੈਕਟ ਨਾਲ ਜੁੜੇ। ਸੋ ਅਸੀਂ ਤਾਂ ਸਿਰਫ ਚਿਹਰੇ ਹਾਂ, ਬਟ ਬੈਕਗਰਾਊਂਡ ਤੇ ਜਿਹੜੀ ਮਿਹਨਤ ਕੀਤੀ ਜਾਂਦੀ ਆ ਉਹ ਜਨਾਰਦਨ ਸਰ, ਅਮਰਜੀਤ ਸਰਾਓ, ਰਜੀਤ ਸਿੰਘ ਭਾਜੀ ਜਿਹੜੇ ਪ੍ਰੋਡਿਊਸ ਕਰ ਰਹੇ ਨੇ, ਸਾਰੀ ਟੀਮ, ਗੈਰੀ ਵੀਰਾ ਸ਼ਮੀ ਜੀ, ਇਹ ਸਾਰੇ ਲੋਕ, ਮਨੀਸ਼ ਭੱਟ ਸਰ ਡਾਇਰੈਕਟਰ, ਐਂਡ ਐਵੀ ਨੇ ਮਿਊਜ਼ਿਕ ਕੀਤਾ, ਇਹ ਸਾਰੇ ਲੋਕ ਬਹੁਤ ਮਿਹਨਤ ਕਰਦੇ ਆ ਤਾਂ ਜਾ ਕੇ ਪ੍ਰੋਜੈਕਟ ਜਿਹੜਾ ਤੁਹਾਨੂੰ ਵਧੀਆ ਦਿਖਦਾ। ਤਾਂ ਇਸ ਕਰਕੇ ਇਹਨਾਂ ਸਾਰਿਆਂ ਦਾ ਜੋ ਕ੍ਰੈਡਿਟ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ, ਐਂਡ ਇਹਨਾਂ ਸਾਰਿਆਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਯਾਰ ਕੋਈ ਬੁਲਵਾਉਣ ਨਹੀਂ ਕਰਾ, ਬਿਕਰਮਜੀਤ ਸਿੰਘ ਰੰਧਾਵਾ ਮੇਰਾ ਪੂਰਾ ਨਾਮ, ਸੋ ਜੈ ਰੰਧਾਵਾ ਛੋਟਾ ਨਾਮ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ। ਥੈਂਕ ਯੂ।